ਹੈਲੋ ਫਰੈਂਡਸ ਤੁਹਾਡੇ ਆਪਣੇ YouTube ਚੈਨਲ Let's Do It ਤੇ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਲ ਅੱਜ ਦਾ ਜਿਹੜਾ ਵੀਡੀਓ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਐਗਜ਼ਾਮ ਦੇ ਰਿਲੇਟਡ ਹੈ ਜੀ ਇਸ ਵੀਡੀਓ ਦੇ ਵਿੱਚ ਜਿਹੜਾ ਆਪਾਂ ਡਿਸਕਸ ਕਰਾਂਗੇ ਜੇਕਰ ਤੁਸੀਂ ਆਪਣੀ ਐਗਜ਼ਾਮੀਨੇਸ਼ਨ ਫੀਸ ਹੁਣ ਤੱਕ ਭੇ ਨਹੀਂ ਕੀਤੀ ਹੈ ਚਾਹੇ ਤੁਸੀਂ ਕਿਸੇ ਵੀ ਕੈਟਾਗਰੀ ਦੇ ਸਟੂਡੈਂਟ ਹੋ ਉਸ ਦੇ ਰਿਗਾਰਡਿੰਗ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਜਾਏਗਾ ਇਹ ਹੈ ਜੀ ਦਾ ਕੰਟਰੋਲਰ ਐਗਜ਼ਾਮੀਨੇਸ਼ਨ ਪੰਜਾਬ ਯੂਨੀਵਰਸਿਟੀ ਨੇ ਜਿਹੜੇ ਸਕੂਲਸ 올 ਸੌਰੀ ਜਿਹੜੇ ਕਾਲਜੇਜ਼ ਨੇ ਉਹਨਾਂ ਦੇ ਪ੍ਰਿੰਸੀਪਲਸ ਚੇਅਰ ਪਰਸਨਸ ਦੇ ਡਾਇਰੈਕਟਰਸ ਨੂੰ ਇਹ ਜਿਹੜੀ ਈਮੇਲ ਦੇ ਰਾਹੀਂ ਇੱਕ ਨੋਟੀਫਿਕੇਸ਼ਨ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਤੁਸੀਂ ਫੀਸ ਪੇਮੈਂਟ ਕਰਨੀ ਹੈ ਜਿਸ ਦੀ ਡੇਟ 9 11 2021 ਸੀ ਉਸ ਨੂੰ ਰਿਵਾਈਜ਼ ਕਰਕੇ ਹੁਣ 18 11 2021 ਕਰ ਦਿੱਤਾ ਗਿਆ ਹੈ ਇਹ ਮੈਂ ਤੁਹਾਨੂੰ ਨੋਟੀਫਿਕੇਸ਼ਨ ਪੜ੍ਹ ਕੇ ਦੱਸ ਦਿਨਾ ਜੀ ਇਹ 8 8 11 2021 ਦਾ ਜਿਹੜਾ ਪਬਲਿਕ ਨੋਟਿਸ ਹੈ ਯੂ ਆਰ ਹੈਬਰ ਬਾਇ ਇਨਫਾਰਮਡ ਥੈਟ ਇਨ ਕੰਟੀਨਿਊਸ਼ਨ ਆਫ ਥਿਸ ਆਫਿਸ ਅਰਲੀਅਰ ਸਰਕੂਲਰ ਨੰਬਰ ਜੋ ਵੀ ਦੱਸਿਆ ਗਿਆ ਹੈ ਜੀ ਡੇਟ 18 10 2021 ਦਾ ਲਾਸਟ ਡੇਟ ਫਾਰ ਸਬਮਿਸ਼ਨ ਆਫ ਐਗਜ਼ਾਮੀਨੇਸ਼ਨ ਫਾਰਮ ਵਿਦ ਐਂਡ ਵਿਦਾਊਟ ਲੇਟ ਫੀਸ ਔਨਲਾਈਨ ਬਾਈ ਹੈਂਡ ਔਰ ਪ੍ਰਾਈਵੇਟ ਰੀਅਪੀਅਰ ਰੈਗੂਲਰ ਕੈਂਡੀਡੇਟ ਆਫ 올 ਯੂਜੀ ਪੀਜੀ ਐਂਡ ਪੀਜੀ ਡਿਪਲੋਮਾ ਇਸ ਦੇ ਵਿੱਚ ਯੂਜੀ ਕੈਂਡੀਡੇਟ ਹੈ ਪੀਜੀ ਕੈਂਡੀਡੇਟ ਹੈ ਚਾਹੇ ਪੀਜੀ ਡਿਪਲੋਮਾ ਕੈਂਡੀਡੇਟ ਹੈ ਜੀ ਚਾਹੇ ਜਿਨ੍ਹਾਂ ਦੀ ਰੀਪੇਅਰ ਹੈ ਪ੍ਰਾਈਵੇਟ ਹੈ ਰੈਗੂਲਰ ਹੈ ਉਸ ਇੰਪਰੂਵਮੈਂਟ ਦੇ ਹੈ ਜਾਂ ਡੈਫੀਸ਼ੈਂਟ ਹੈ ਜਾਂ ਐਡੀਸ਼ਨਲ ਕੋਈ ਤੁਸੀਂ ਇਗਜ਼ਾਮ ਦੇਣਾ ਹੈ 올 ਕਾਲਜ ডিপਾਰਟਮੈਂਟ ਐਗਜ਼ਾਮੀਨੇਸ਼ਨ ਸਮੈਸਟਰ ਸਿਸਟਮ ਜਿਨ੍ਹਾਂ ਦਾ ਹੈ ਉਸ ਦੀ ਜਿਹੜੀ ਡੇਟ ਹੈ ਉਸ ਨੂੰ ਐਕਸੈਂਡ ਕਰ ਦਿੱਤਾ ਗਿਆ ਜੀ ਹੁਣ ਤੁਸੀਂ ਆਪਣੀ ਫੀਸ ਵਿਦਆਊਟ ਲੇਟ ਫੀਸ 18 11 2021 ਤੱਕ ਫਿਲ ਕਰ ਸਕਦੇ ਹੋ ਇਸ ਦੇ ਰਿਗਾਰਡਿੰਗ ਇੱਕ ਪੂਰਾ ਸ਼ਡਿਊਲ ਦਿੱਤਾ ਗਿਆ ਹੈ ਜੀ ਜੇਕਰ ਤੁਸੀਂ ਬਿਨਾ ਕਿਸੇ ਲੇਟ ਫੀਸ ਆਪਣਾ ਫਾਰਮ ਫਿਲ ਕਰਨਾ ਚਾਹੁੰਦੇ ਹੋ ਤਾਂ ਹੁਣ ਉਹ ਜਿਹੜੀ ਡੇਟ ਹੈ ਉਹ 18 11 2021 ਹੋ ਗਈ ਹੈ ਜਿਹੜੀ ਪਹਿਲਾਂ 9 11 2021 ਸੀ ਇਸ ਤੋਂ ਇਲਾਵਾ ਜੇਕਰ ਤੁਸੀਂ ਲੇਟ ਫੀਸ ਦੇ ਕੇ ਆਪਣਾ ਫਾਰਮ ਫਿਲ ਅਪ ਕਰਦੇ ਹੋ ਤਾਂ 11 23 11 2021 ਰਹੇਗੀ ਇਸ ਤੋਂ ਇਲਾਵਾ ਫਿਰ ਤੁਸੀਂ 6075 ਰੁਪਏ ਦੇ ਕੇ ਕਰਦੇ ਹੋ ਤਾਂ 27 11 2021 ਰਹੇਗੀ ਅਗਰ ਫਿਰ ਵੀ ਤੁਸੀਂ ਲਾਸਟ ਤੁਸੀਂ ਮੰਨ ਕੇ ਚੱਲੋ ਜੀ ਤੁਸੀਂ ਫਾਰਮ ਫਿਲ ਨਹੀਂ ਕਰ ਸਕਦੇ ਜਾਂ ਤੁਸੀਂ ਕਰ ਦਿੰਦੇ ਹੋ ਮੈਂ ਤਾਂ ਕਹਿੰਦਾ ਜੀ 18 11 2021 ਤੱਕ ਤੁਸੀਂ ਆਪਣਾ ਫਾਰਮ ਫਿਲ ਕਰ ਦਿਓ ਕਿਉਂਕਿ ਉਸ ਤੋਂ ਬਾਅਦ ਤੁਹਾਡੀ ਜਿਹੜੀ ਲੇਟ ਫੀਸ ਹੈ ਉਹ ਬਹੁਤ ਜ਼ਿਆਦਾ ਲੱਗਣੀ ਹੈ 9 12 2021 ਤੱਕ ਤੁਸੀਂ 22000 75 ਰੁਪਏ ਦੇ ਨਾਲ ਆਪਣੀ ਫਾਰਮ ਫਿਲ ਕਰ ਸਕਦੇ ਹੋ ਤੇ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਇਹ ਹਰ ਇੱਕ ਤੱਕ ਤੁਸੀਂ ਪਹੁੰਚਾ ਦੇਣੀ ਹੈ ਕਿਉਂਕਿ ਇਸ ਦੇ ਨਾਲ ਜਿਹੜੀ ਲੇਟ ਫੀਸ ਹੈ ਉਹ ਬੱਚਿਆਂ ਦੀ ਨਹੀਂ ਲੱਗੇਗੀ ਜੇਕਰ ਤੁਸੀਂ ਰੈਗੂਲਰ ਕੈਂਡੀਡੇਟ ਹੋ ਸਟੂਡੈਂਟ ਹੋ ਤਾਂ ਤੁਹਾਡੀ ਜਿਹੜੀ ਫਾਰਮ ਹੈ ਆਲਰੇਡੀ ਫਿਲ ਹੋ ਚੁੱਕੇ ਹੋਣਗੇ ਪਰ ਜਿਹੜੇ ਪ੍ਰਾਈਵੇਟ ਕੈਂਡੀਡੇਟ ਨੇ ਜ ਜਿਨ੍ਹਾਂ ਦੀ ਇੰਪਰੂਵਮੈਂਟ ਦਾ ਫਾਰਮ ਫਿਲ ਕਰਨਾ ਹੈ ਤਾਂ ਉਹ 18 11 2020 ਤੋਂ ਪਹਿਲਾਂ-ਪਹਿਲਾਂ ਆਪਣੀ ਫੀ ਫੇਪਮੈਂਟ ਕਰ ਦੇਣੀ ਹੈ ਜੀ ਵਿਦਆਊਟ ਲੇਟ ਫੀਸ ਤੋਂ ਤਾਂ ਇਸ ਗੱਲ ਦਾ ਜਰੂਰ ਧਿਆਨ ਰੱਖਣਾ ਹੈ ਤੁਸੀਂ ਆਪਣੀ ਫੀਸ ਫਿਲ ਅਪ ਕਰ ਦੇਣੀ ਹੈ 18 11 2021 ਤੱਕ ਜਿਹੜੀ ਨਾਰਮਲ ਤੁਹਾਡੀ ਐਗਜ਼ਾਮੀਨੇਸ਼ਨ ਫੀਸ ਲੱਗੇਗੀ ਉਹੀ ਲੱਗੇਗੀ ਨਹੀਂ ਤਾਂ ਤੁਹਾਡੀ 2075 ਰੁਪਏ ਦੇ ਨਾਲ ਤੁਸੀਂ 23 11 ਤੱਕ ਜਿਹੜੀ ਆਪਣਾ ਫਾਰਮ ਫਿਲ ਕਰ ਸਕਦੇ ਹੋ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਇਸ ਤੋਂ ਇਲਾਵਾ ਸਾਡੇ ਜਿਹੜਾ ਟੈਲੀਗ੍ਰam ਗਰੁੱਪ ਹੈ ਤੁਸੀਂ ਉਸ ਨੂੰ ਜਰੂਰ ਜੁਆਇਨ ਕਰ ਲੈਣਾ ਵੀਡੀਓ ਕਿਦਾਂ ਲੱਗਿਆ ਲਾਈਕ ਸ਼ੇਅਰ ਤੇ ਚਲੋ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਥੈਂਕ ਯੂ ਵੈਰੀ ਮੱਚ ਹੈਵ ਅ ਨਾਈਸ ਡੇ